ਦੇਖੋ ਮੈਂ ਇਸ ਵੇਲੇ ਕਿਲ੍ਹਾ ਰਾਏਪੁਰ ਸੀਗਾ, ਸਾਰੇ ਹੀ ਪਿੰਡਾਂ ਵਾਲੇ ਸਾਡੇ ਖੜ੍ਹੇ ਆ, ਪਰ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਕਰਨੀ ਚਾਹੁੰਦਾ ਹੁਣੀ ਇਸ ਵੇਲੇ, ਕਿਉਂਕਿ ਜੋ ਪੁਲਿਸ ਨਾਲ ਹਰਿਆਣਾ ਪੁਲਿਸ ਅਤੇ ਉੱਥੇ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਜੋ ਧੱਕਾ ਕਰ ਰਹੇ ਆ, ਜੋ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਅਥਰੂ ਗੈਸ, ਹਜ਼ਾਰਾਂ ਦੀ ਗਿਣਤੀ 'ਚ ਜਿਹੜਾ ਲੀਟਰਾਂ 'ਚ ਪਾਣੀ ਆ ਜਿਹੜਾ ਉਹਨਾਂ ਨੇ ਸਿੱਟਿਆ, ਚਲੋ ਉਹ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ, ਪਰ ਮੇਰੀ ਇਹ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਅਤੇ ਪ੍ਰਾਈਵੇਟ ਜਿਹੜੇ ਨੇੜੇ ਤੇੜੇ ਹੋਸਪਿਟਲ ਨੇ, ਕਿਉਂਕਿ ਇਸ ਵੇਲੇ ਸੱਟਾਂ ਬੜੀਆਂ ਲੱਗੀਆਂ ਏ, ਇੰਜਰਡ ਬੜੇ ਹੋਏ ਆ, ਕਿਉਂਕਿ ਉਹਨਾਂ ਨੇ ਫਾਇਰ ਕੀਤਾ, ਗੋਲੀਆਂ ਚਲਾਈਆਂ, ਪਲਾਸਟਿਕ ਦੀਆਂ ਚਲਾਈਆਂ, ਚਾਹੇ ਦੂਜੀਆਂ ਚਲਾਈਆਂ, ਉਹਦੇ ਨਾਲ ਇਸ ਵੇਲੇ ਇੰਜਰੀਜ਼ ਬਹੁਤ ਹੋਈਆਂ ਹੋਈਆਂ। ਜਿਹੜੇ ਵੀ ਨੇੜੇ ਤੇੜੇ ਕਿਸੇ ਦੇ ਕੋਲ ਵੀ ਕੋਈ ਡਾਕਟਰੀ ਸਹਾਇਤਾ ਕਰ ਸਕਦਾ, ਉਹ ਬਹੁਤ ਪ੍ਰਾਈਵੇਟ ਪ੍ਰੈਕਟਿਸ ਕਰਦੇ ਆਪਣੇ ਪਿੰਡਾਂ 'ਚ, ਕੋਈ ਵੀ ਸਮਾਨ ਐਸਾ ਲੈ ਕੇ ਜਿਹਦੇ ਨਾਲ ਸੱਟ ਫੇਟ ਦੇ ਉੱਤੇ ਜਲਦੀ ਤੋਂ ਜਲਦੀ ਪੱਟੀਆਂ ਹੋਣ, ਚਾਹੇ ਦਰਦ ਤੋਂ ਗੋਲੀਆਂ ਹੋਣ, ਜਿਹੜਾ ਕੁਛ ਵੀ ਮੁਹੱਈਆ ਕਰਵਾ ਸਕਦੇ ਹਾਂ ਉਹ ਜਲਦੀ, ਪਰ ਐਂਬੂਲੈਂਸ ਜਿਹੜੀਆਂ ਹੈ ਉਹ, ਕਿਉਂਕਿ ਸਭ ਕੁਛ ਐਂਬੂਲੈਂਸਾਂ 'ਚ ਹੁੰਦਾ ਹੀ ਆ, ਅਤੇ ਮੇਰੀ ਇਹ ਤੁਹਾਡੇ ਮੂਹਰੇ ਬੇਨਤੀ ਆ ਸਾਰੇ ਇਹ ਪ੍ਰਬੰਧ ਕੀਤਾ ਜਾਵੇ ਵੀ ਜਿੰਨੀਆਂ, ਮੈਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ, ਕਿਉਂਕਿ ਉਹ ਕਿਹੜਾ ਕਿਤੇ ਹੋਰ ਨੇ, ਉਹ ਤਾਂ ਇਸ ਵੇਲੇ ਹੈ ਤਾਂ ਪੰਜਾਬ 'ਚ ਹੀ, ਪੰਜਾਬ ਸਰਕਾਰ ਆਪਣਾ ਹੈਲਥ ਮਹਿਕਮੇ ਨੂੰ ਜਾਂ ਹੋਰ ਪ੍ਰਾਈਵੇਟ ਸੰਸਥਾਵਾਂ ਨੂੰ ਕਹਿ ਕੇ ਉੱਥੇ ਵੱਧ ਤੋਂ ਵੱਧ ਜਿਹੜੀਆਂ ਹੈ ਉਹ ਐਂਬੂਲੈਂਸ ਜਿਹੜੀਆਂ ਹੈ ਉਹ ਪ੍ਰੋਵਾਈਡ ਕਰਾਉਣ, ਡਾਕਟਰ ਪ੍ਰੋਵਾਈਡ ਕਰਾਉਣ, ਕਿਉਂਕਿ ਰਾਤ ਆ ਜਿਹੜੀ ਸਾਰੀ ਉਹ ਹੁਣ ਪੈਣੀ ਆ, ਜਿਹੜੀਆਂ ਦੀ ਕਿਸੇ ਦੇ ਸੱਟ ਵੱਜੀ ਆ, ਇੰਜਰੀ ਹੋਈ ਆ, ਉੱਥੇ ਡਾਕਟਰ ਟੀਮਾਂ ਜਾ ਕੇ ਉਹਨਾਂ ਦਾ ਇਲਾਜ ਕਰਨ, ਅਤੇ ਜੇ ਕਿਸੇ ਦੇ ਜ਼ਿਆਦਾ ਆਏ, ਕਿਉਂਕਿ ਉਹਨਾਂ ਨੇ ਅੱਗੇ ਵੀ ਜਾਣਾ, ਕਿਉਂਕਿ ਕਿਸੇ ਨੇ ਪਿੱਛੇ ਨਹੀਂ ਹਟਣਾ, ਅਤੇ ਜੇ ਉੱਥੇ ਉਹਨਾਂ ਦਾ ਇਲਾਜ ਜਾ ਕੇ ਕੀਤਾ ਜਾ ਸਕਦਾ ਤਾਂ ਡਾਕਟਰਾਂ ਦੀਆਂ ਟੀਮਾਂ ਅਤੇ ਐਂਬੂਲੈਂਸਾਂ ਜ਼ਰੂਰ ਮੁਹੱਈਆ ਕਰਵਾਓ, ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਅਤੇ ਬਾਕੀ ਜਿਹੜੇ ਐਨ ਜੀ ਓ ਨੇ ਸੰਸਥਾਵਾਂ ਏ ਉਹਨਾਂ ਨੂੰ ਵੀ ਕਹਿਣਾ ਵੀ ਇਹ ਫਸਟ ਏਡ ਦਾ ਜਿਹੜਾ ਸਮਾਨ ਆ ਉੱਥੇ ਵੱਧ ਤੋਂ ਵੱਧ ਜਿਹੜਾ ਏ ਉਹ ਦੋਨਾਂ 'ਤੇ ਜਿਹੜੇ ਬਾਉਂਡਰਾਂ 'ਤੇ ਉੱਥੇ ਜ਼ਰੂਰ ਭੇਜਿਆ ਜਾਵੇ, ਇਹ ਬਹੁਤ ਲੋੜ ਆ ਉੱਥੇ, ਜ਼ਰੂਰੀ ਆ। ਧੰਨਵਾਦ, ਜੈ ਹਿੰਦ। ਮੈਂ ਪਿੰਡਾਂ 'ਚ ਹੀ ਆਇਆ ਸੀ, ਸਭ ਨੂੰ ਬੇਨਤੀ ਵੀ ਕਰਨ ਆਇਆ ਸੀ ਵੀ ਸਾਰੇ ਵੱਧ ਤੋਂ ਵੱਧ ਆਪਣੇ ਆਪਣੇ ਟਰੈਕਟਰ ਲੈ ਕੇ ਜਾਂ ਗੱਡੀਆਂ 'ਚ ਜਿਵੇਂ ਮਰਜ਼ੀ ਉੱਥੇ ਪਹੁੰਚੋ। ਧੰਨਵਾਦ।